ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਸ ਕਵੀਸ਼ਰ ਭਗਵੰਤ ਸਿੰਘ ਸੁਰਵਿੰਦ ਚੇਅਰਮੈਨ ਸ਼੍ਰੀ ਗੁਰੂ ਗੋਬਿੰਦ ਸਿੰਘ ਕਵੀਸ਼ਰ ਸਭਾ ਸੰਬੂਕ ਕਵੀਸ਼ਰ ਸਿੰਘਾਂ ਨੂੰ ਬੇਨਤੀ ਹੈ ਕਿ ਦਿੱਲੀ ਵਿਖੇ ਜੋ ਦੇਸ਼ ਦੇ ਅੰਨਦਾਤੇ ਨੇ ਤਿੰਨ ਆਰਡੀਨਸ ਰੱਦ ਕਰਾਉਣ ਲਈ ਸੰਘਰਸ਼ ਵਿਢਿਆ ਹੈ ੜਾਕੇ ਦੀ ਠੰਡ ਵਿੱਚ ਆਪਾਂ ਉਹਨਾਂ ਦਾ ਤਕੜੇ ਹੋ ਕੇ ਸਾਥ ਦਈਏ ਜਿੱਥੇ ਆਪਣੀਆਂ ਕਵਤਾਵਾਂ ਰਾਹੀਂ ਔਰ ਜਿੱਥੇ ਜਾਣੇ ਆਪਾਂ ਨੂੰ ਕੋਈ ਸਟੇਜ ਧਾਰਕ ਮਿਲਦੀ ਉਹਨਾਂ ਦੀ ਗੱਲ ਕਰੀਏ ਜਿਵੇਂ ਅੱਜ ਕਾਰ ਸੇਵਾ ਵਾਲੇ ਮਹਾਂਪੁਰਖ ਉਥੇ ਲੰਗਰ ਲਾਏ ਦਿੱਲੀ ਕਮੇਟੀ ਸ਼ਰੋਮਣੀ ਕਮੇਟੀ ਦਲਬਾਬਾ ਵਿਦੀਚੰਦ ਵੱਲੋਂ ਵੱਡੇ ਵੱਡੇ ਪਰਾਲੇ ਉਥੇ ਕੀਤੇ ਜਾ ਰਹੇ ਨੇ ਤੇ ਆਪਣਾ ਵੀ ਫਰਜ਼ ਬਣਦਾ ਹੈ ਸਾਡੀ ਕਮਿਸ਼ਨ ਸਭਾ ਦੇ ਪ੍ਰੈਜ਼ੀਡੈਂਟ ਗਿਆਨੀ ਚਾਨਣ ਸਿੰਘ ਔਰ ਗਿਆਨੀ ਸਲਖਣ ਸਿੰਘ ਰਿਆੜ ਦਲਬੀਰ ਸਿੰਘ ਜੋੜ ਸਿੰਘ ਵਾਲਾ ਗੁਰਿੰਦਰਪਾਲ ਸਿੰਘ ਬੈਂਕਾ ਜੋਗਾ ਸਿੰਘ ਭਾਗੋਵਾਲ ਲਖਵੀਰ ਸਿੰਘ ਮਸਤ ਗਰਜੰਟ ਸਿੰਘ ਬੈਂਕਾ ਗੁਰਮukh ਸਿੰਘ ਐਮਏ ਸਮੂਹ ਵੀਰਾਂ ਵੱਲੋਂ ਇੱਕ ਪਿਆਰ ਭਰੀ ਅਪੀਲ ਹੈ ਕਿ 15 ਦਸੰਬਰ ਨੂੰ ਗੋਲਡਨ ਗੇਟ ਸ਼੍ਰੀ ਅੰਮ੍ਰਿਤਸਰ ਤੋਂ ਇੱਕ ਟਰੱਕ ਰਾਹੀਂ ਸਮੁੱਚੇ ਕਵੀਸ਼ਰਾਂ ਦਾ ਕਾਫਲਾ ਵੱਡੇ ਪੱਧਰ ਤੇ ਉਹਨਾਂ ਕਿਸਾਨਾਂ ਦਾ ਹੌਸਲਾ ਵਧਾਉਣ ਲਈ ਅਸੀਂ ਆਪਾਂ ਰਲ ਕੇ ਉੱਥੇ ਪਹੁੰਚਣਾ ਹੈ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਕੌਮ ਦੇ ਬਲਾਰੇ ਵੀ ਸਾਡੇ ਨਾਲ ਹੈ ਉਹਨਾਂ ਦਾ ਹੌਸਲਾ ਵਧ ਸਕੇ ਕਿਉਂਕਿ ਸਾਡੇ ਹੱਕਾਂ ਦੀ ਪ੍ਰਾਪਤੀ ਵਾਸਤੇ ਉਹ ਯੂਜ ਰਹੇ ਨੇ ਨੇਕੇ ਨੇਕੇ ਬੱਚੇ ਬਜ਼ੁਰਗ ਵੀ ਉਥੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜੂਝ ਰਹੇ ਨੇ ਆਪਾਂ 15 ਤਰੀਕ ਨੂੰ ਉਥੇ ਪਹੁੰਚੀਏ ਤੇ ਸਾਰੇ ਵੀਰ ਸਾਡੇ ਤਗੜੇ ਹੋ ਕੇ ਸਾਥ ਦਿਓ ਅਸੀਂ ਕਿਸਾਨ ਸੰਘਰਸ਼ ਕਮੇਟੀ ਦਾ ਮਜ਼ਦੂਰ ਯੂਨੀਅਨ ਦਾ ਦਿਲੋਂ ਸਤਿਕਾਰ ਕਰਦੇ ਆ ਕਿਉਂਕਿ ਜਿਹੜੇ ਸਾਡੇ ਹੱਕਾਂ ਲਈ ਜੂਝ ਰਹੇ ਨੇ ਆਓ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਵੀ ਕਰੀਏ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਦਾ ਭਲਾ ਗਿਆਨੀ ਸਰਬਜੀਤ ਸਿੰਘ ਦੀ ਟੋਟੀਆਂ ਕੌਮ ਦੇ ਮਹਾਨ ਪ੍ਰਚਾਰਕ ਗਿਆਨੀ ਕੁਲਵਿੰਦਰ ਸਿੰਘ ਜੀ ਕਿਸਾਨ ਸੰਘਰਸ਼ ਕਮੇਟੀ ਵਾਲੇ ਸਾਡੇ ਬੜੇ ਯਤਨਸ਼ੀਲ ਵੀਰ ਨੇ ਦਿਨ ਰਾਤ ਲਾਂਬੰਦ ਕਰ ਰਹੇ ਨੇ ਸਾਰਿਆਂ ਨੂੰ ਤੇ ਕੁਦਰਤੀ ਅਜ ਢੋਟੀਆਂ ਵੇਖੇ ਪ੍ਰੋਗਰਾਮ ਤੇ ਇਕੱਠੇ ਹੋਏ ਸਾਂ ਤੇ ਵੀਰਾਂ ਦੇ ਮਾਧਿਅਮ ਰਾਹੀਂ ਮਾਹ ਸਾਰਿਆਂ ਸੰਗਤਾਂ ਨੂੰ ਇੱਕ ਆਪਣੀ ਕੁਇਸ਼ਰ ਸਭਾ ਵੱਲੋਂ ਵੀ ਬੇਨਤੀ ਕਰ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ